ਸਤਿ ਸ਼੍ਰੀ ਅਕਾਲ ਲੋਕ ਨਾਲ ਪੰਜਾਬੀ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਪ੍ਰੀਤਮ ਸਿੰਘ ਬੜੀ ਮੌਜੂਦ ਨੇ ਬੜਿੰਗ ਸਾਹਿਬ ਸਵਾਗਤ ਹੈ ਤੁਹਾਡਾ ਪੰਗੂ ਸਾਹਿਬ ਮੇਰੇ ਵੱਲੋਂ ਸਮੁੱਚੇ ਸਰੋਤਿਆਂ ਨੂੰ ਬਹੁਤ ਪਿਆਰ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੋਸਤੋ ਬੜਿੰਗ ਸਾਹਿਬ ਦੇ ਨਾਲ ਅਸੀਂ ਜਿਹੜੀਆਂ ਵੱਡੀਆਂ ਖਬਰਾਂ ਨੇ ਉਹਨਾਂ ਤੇ ਵਿਚਾਰ ਚਰਚਾ ਕਰਾਂਗੇ ਖਾਸ ਕਰਕੇ ਜਿਹੜੀ ਇੱਕ ਖਬਰ ਹੁਣ ਫੋਕਸ ਬਣਿਆ ਹੋਇਆ ਜੀ ਸਾਰਿਆਂ ਦਾ ਉਹ ਹੈਗੀ ਹੈ ਕਿ ਪਹਿਲਵਾਨਾਂ ਵੱਲੋਂ ਜਿਹੜਾ ਦਿੱਲੀ ਦੇ ਜੰਤਰ ਮੰਤਰ ਦੇ ਧਰਨਾ ਦਿੱਤਾ ਜਾ ਰਿਹਾ ਠੀਕ ਹੈ ਉਹਦੇ 'ਚ ਕਈ ਡਿਵੈਲਪਮੈਂਟਸ ਵੀ ਹੋਈਆਂ ਨੇ ਅਸਤੀਫੇ ਦੀ ਗੱਲ ਵੀ ਚੱਲੀ ਹੈ ਪਰ ਜਿਹੜਾ ਉਹ ਇਨਸਾਨ ਹੈ ਉਹ ਕਹਿੰਦਾ ਕਿ ਮੈਂ ਅਸਤੀਫਾ ਨਹੀਂ ਦੇਣਾ ਹੈਗਾ ਦਿੱਲੀ ਪੁਲਿਸ 'ਤੇ ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਸਰਕਾਰ ਦੇ ਉੱਤੇ ਪੂਰਾ ਵਿਸ਼ਵਾਸ ਹੈ ਮੈਂ ਜਾਂਚ ਦੇ ਵਿੱਚ ਸ਼ਾਮਿਲ ਹੋਵਾਂਗਾ ਪਰ ਮੈਂ ਅਸਤੀਫਾ ਨਹੀਂ ਦਊਂਗਾ ਬੜਿੰਗ ਸਾਹਿਬ ਇਹ ਕਹਿਣਾ ਪੰਗੂ ਸਾਹਿਬ ਕੁਸ਼ਤੀ ਫਾਊਂਡੇਸ਼ਨ ਦੇ ਜਿਹੜੇ ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਉਹਨਾਂ ਦੇ ਉੱਤੇ ਜਿਨਸੀ ਸ਼ੋਸ਼ਣ ਦੇ ਕੁਝ ਭਲਵਾਨਾਂ ਨੇ ਦੋਸ਼ ਲਾਏ ਸੀਗੇ ਤੇ ਉਹਨਾਂ ਦੀ ਕੋਈ ਗੱਲ ਨਹੀਂ ਸੀ ਸੁਣੀ ਉਹਨਾਂ ਨੇ ਜੰਤਰ ਮੰਤਰ ਦੇ ਉੱਤੇ ਕਈ ਦਿਨਾਂ ਤੋਂ ਧਰਨੇ ਉੱਤੇ ਚੱਲਿਆ ਤੇ ਜਿੱਥੇ ਧਰਨੇ ਵਾਲੀ ਥਾਂ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਇਹ ਸਾਂਸਦ ਨੇ ਸਾਂਸਦ ਹੋਣ ਕਰਕੇ ਉੱਥੇ ਬਿਜਲੀ ਅਤੇ ਪਾਣੀ ਦਾ ਜਿਹੜਾ ਕਨੈਕਸ਼ਨ ਸੀ ਉਹ ਵੀ ਕਰ ਦਿੱਤਾ ਤੇ ਇਸ ਲਈ ਜੋ ਭਲਵਾਨ ਨੇ ਪਰ ਉਹ ਚੜ੍ਹਦੀ ਕਲਾ ਕਹਿੰਦੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਅਸੀਂ ਇਸ ਥਾਂ ਤੇ ਉੱਠਾਂਗੇ ਦੂਜੇ ਪਾਸੇ ਜੋ ਇਹ ਕੁਸ਼ਤੀ ਫਾਊਂਡੇਸ਼ਨ ਦੇ ਚੇਅਰਮੈਨ ਨੇ ਜਾਂ ਮੁਖੀ ਨੇ ਇਹ ਕਹਿਣ ਲੱਗੇ ਕਿ ਇਹਦੀ ਇਨਕੁਆਇਰੀ ਕਰਾਈ ਹੈ ਦਿੱਲੀ ਪੁਲਿਸ ਇਹਦੀ ਇਨਕੁਆਇਰੀ ਵੀ ਕਰ ਰਹੀ ਹੈ ਅਤੇ ਸੁਪਰੀਮ ਕੋਰਟ ਦੇ ਵਿੱਚ ਵੀ ਇਹਦਾ ਕੇਸ ਹੈ ਜੋ ਫੈਸਲਾ ਸੁਪਰੀਮ ਕੋਰਟ ਜਾਂ ਦਿੱਲੀ ਪੁਲਿਸ ਕਰੂਗੀ ਮੈਂ ਦਿੱਲੀ ਪੁਲਿਸ ਨੂੰ ਪੂਰਾ ਸਹਿਯੋਗ ਦੇਵਾਂ ਕੋਈ ਵੀ ਜਾਂਚ ਅਗਰ ਦਿੱਲੀ ਪੁਲਿਸ ਕਰਨੀ ਚਾਹੁੰਦੀ ਹੈ ਮੇਰੇ ਤੋਂ ਪੁੱਛ ਗਿੱਛ ਕਰਨੀ ਚਾਹੁੰਦੀ ਹੈ ਮੈਂ ਉਹਨੂੰ ਪੂਰਾ ਸਹਿਯੋਗ ਦਊਂਗਾ ਲੇਕਿਨ ਮੈਂ ਅਸਤੀਫਾ ਨਹੀਂ ਦਊਂਗਾ ਜੇ ਮੈਂ ਅਸਤੀਫਾ ਦੇ ਦਿੰਦਾ ਤਾਂ ਲੋਕਾਂ ਦੇ ਮਨ 'ਚ ਇਹ ਗੱਲ ਜਾਊਗੀ ਕਿ ਮੈਂ ਦੋਸ਼ੀ ਸਿੱਧ ਹੋਇਆ ਤਾਂ ਡਰ ਦੇ ਮਾਰੇ ਨੇ ਅਸਤੀਫਾ ਦਿੱਤਾ ਲੇਕਿਨ ਇਸ ਦੇ ਉੱਤੇ ਜਿਹੜਾ ਫਾਊਂਡੇਸ਼ਨ ਦੇ ਧਰਨੇ ਦੇ ਉੱਤੇ ਬੈਠੇ ਨੇ ਪਹਿਲਵਾਨ ਉਹਨਾਂ ਦੇ ਵਕੀਲ ਨੇ ਕਪਿਲ ਸਿੱਬਲ ਨੇ ਕਿਹਾ ਕਿ ਜਿਹੜਾ ਇਹ ਮੈਂਬਰ ਪਾਰਲੀਮੈਂਟ ਹੈ ਇਹਨਾਂ ਦਾ ਕੋਈ ਦੀਨ ਅਮਾਨ ਨਹੀਂ ਹੁੰਦਾ ਹੈਗਾ ਇਹ ਝੂਠ ਬੋਲ ਰਹੇ ਨੇ ਇਹ ਜਿਹੜਾ ਜਿਨਸੀ ਸ਼ੋਸ਼ਣ ਹੋਇਆ ਇਹ ਬਿਲਕੁਲ ਸਹੀ ਹੈ ਮੈਂ ਇਹਨਾਂ ਭਲਵਾਨਾਂ ਦੇ ਨਾਲ ਡਟ ਕੇ ਨਾਲ ਖੜਾਂਗਾ ਤੇ ਇਨਸਾਫ ਲੈ ਕੇ ਇਹਨਾਂ ਨੂੰ ਦੇਵਾਂਗਾ ਤੇ ਉਹ ਇਹ ਕੇਸ ਦੀ ਪੈਰਵਾਈ ਵੀ ਕਰ ਰਹੇ ਨੇ ਤੇ ਦੇਖੋ ਹੁਣ ਇਹ ਕਿੰਨਾ ਕੁ ਮਸਲਾ ਲੰਮਾ ਆਉਂਦਾ ਕਿਉਂਕਿ ਉੱਧਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ ਇਹ ਸੰਸਦ ਮੈਂਬਰ ਵੀ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਨੇ ਇਸ ਲਈ ਇਹਦਾ ਪੱਖ ਹੈ ਜਿਹੜਾ ਹਰੇਕ ਪਾਰਟੀ ਆਪਣੇ ਲੀਡਰਾਂ ਦਾ ਪੱਖ ਲੈਂਦੀ ਹੈ ਅਗਰ ਉਹਨਾਂ ਦੇ ਕਿਸੇ ਮੈਂਬਰ ਪਾਰਲੀਮੈਂਟ ਦੇ ਉੱਤੇ ਇੱਦਾਂ ਦੇ ਦੋਸ਼ ਲੱਗਦੇ ਤਾਂ 2024 ਦੀ ਇਲੈਕਸ਼ਨ ਦੇ ਵਿੱਚ ਓਪੋਜੀਸ਼ਨ ਨੂੰ ਇਹ ਪੁਆਇੰਟ ਮਿਲ ਜਾਂਦਾ ਹੈ ਕਿ ਤੁਹਾਡੇ ਜਿਹੜੇ ਸਾਂਸਦ ਨੇ ਉਹ ਇਹ ਕਾਰਨਾਮੇ ਕਰਦੇ ਨੇ ਜੀ ਬਿਲਕੁਲ ਤੇ ਬੜਿੰਗ ਸਾਹਿਬ ਅਗਲੀ ਖਬਰ ਹੈਗੀ ਹੈ ਸਿੱਖਾਂ ਦੇ ਨਾਲ ਜੁੜੀ ਹੋਈ ਸਿੱਕਮ ਦੇ ਗੁਰਦੁਆਰਾ ਡਾਂਗ ਮਾਰ ਸਾਹਿਬ ਦਾ ਜਿਹੜਾ ਮਾਮਲਾ ਸੀ ਉਹ ਲੰਮੇ ਸਮੇਂ ਤੋਂ ਚਰਚਾ ਦੇ ਵਿੱਚ ਰਿਹਾ ਸੀ ਹੁਣ ਫਿਰ ਹਾਈਕੋਰਟ ਵੱਲੋਂ ਰਾਹਤ ਮਿਲੀ ਹੈ ਸਿੱਖਾਂ ਨੂੰ ਜੀ ਪੰਗੂ ਸਾਹਿਬ ਇਹ ਮਸਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਸਿੱਕਮ ਦੇ ਵਿੱਚ ਸੀ ਗੁਰਦੁਆਰਾ ਡਾਂਗ ਮਾਰ ਸਾਹਿਬ 14 ਅਗਸਤ 2017 ਨੂੰ ਉੱਥੇ ਦੇ ਕੁਛ ਬੰਦਿਆਂ ਨੇ ਉਸ ਗੁਰਦੁਆਰਾ ਸਾਹਿਬ ਦੀ ਜਿਹੜੀ ਪਾਵਨ ਸਰੂਪ ਸੀ ਉੱਥੋਂ ਚੁਕਾ ਦਿੱਤੇ ਸਨ ਤੇ ਗੁਰਦੁਆਰਾ ਸਾਹਿਬ ਨੂੰ ਕਿਸੇ ਹੋਰ ਉਸਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਲੋਕਾਂ ਦੇ ਮਨ ਦੇ ਵਿੱਚ ਬਹੁਤ ਗੁੱਸਾ ਅਫਸੋਸ ਸੀ ਪਰ ਉੱਥੇ ਸਿੱਖਾਂ ਦੀ ਘੱਟ ਗਿਣਤੀ ਹੋਣ ਕਾਰਨ ਕੋਈ ਇਸ ਤਰ੍ਹਾਂ ਦੀ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਕਿਉਂਕਿ ਪੰਜਾਬ ਜਾਂ ਹਰਿਆਣੇ ਦੇ ਵਿੱਚ ਸਿੱਖਾਂ ਦੀ ਗਿਣਤੀ ਇੱਥੇ ਕੋਈ ਗੱਲ ਹੁੰਦੀ ਹੈ ਤਾਂ ਸਮੁੱਚਾ ਸਿੱਖ ਪੰਥ ਇਕੱਠਾ ਹੋ ਜਾਂਦਾ ਹੈ ਉੱਥੇ ਇਹ ਗੱਲ ਨਹੀਂ ਸੀ ਹੋਈ ਉਹਨਾਂ ਲੋਕਾਂ ਨੇ ਇਕੱਠੇ ਹੋ ਕੇ ਬੁੱਧੀਜੀਵੀਆਂ ਨੇ ਸਿੱਕਮ ਹਾਈ ਕੋਰਟ ਦੇ ਵਿੱਚ ਇਹਦੀ ਅਪੀਲ ਪਾਈ ਸੀ ਉਸ ਅਪੀਲ ਨੂੰ ਉਸ ਦਰਖਾਸਤ ਨੂੰ ਸਿੱਕਮ ਹਾਈ ਕੋਰਟ ਨੇ ਵਿਚਾਰਦੇ ਹੋਏ ਸਾਰੇ ਤੱਥਾਂ ਦੀ ਘੋਖ ਕਰਦੇ ਹੋਏ ਕਿ ਜਿਹੜਾ ਸਥਾਨ ਹੈ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਹੈ ਇਹ ਇਤਿਹਾਸਕ ਥਾਂ ਹੈ ਤੇ ਲੋਕਾਂ ਦੀ ਆਸਥਾ ਇਸ ਦੇ ਨਾਲ ਬਣੀ ਹੋਈ ਹੈ ਇਸ ਲਈ ਇਸ ਗੁਰਦੁਆਰੇ ਨੂੰ ਬਹਾਲ ਕੀਤਾ ਜਾਂਦਾ ਹੈ ਉਸ ਥਾਂ ਦੇ ਉੱਤੇ ਮੁੜ ਪ੍ਰਕਾਸ਼ ਕੀਤਾ ਜਾਵੇਗਾ ਜਿਹਦੇ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਬਹੁਤ ਖੁਸ਼ੀ ਰਾਹਤ ਮਹਿਸੂਸ ਹੋਈ ਹੈ ਇਹ ਗੱਲ ਦਾ ਜਿਹੜਾ ਹੈ ਜਿਹੜਾ ਦਾਅਵਾ ਹੈ ਜਿਹੜਾ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਮੈਂਬਰ ਨੇ
ਪ੍ਰੋਫੈਸਰ ਹਰਚਰਨ ਸਿੰਘ ਨੇ ਕੀਤਾ ਕਿ 27 ਅਪ੍ਰੈਲ ਨੂੰ ਰਾਜ ਦੇ ਐਡੀਸ਼ਨਲ ਐਡਵੋਕੇਟ ਜਨਰਲ ਦੀ ਅਪੀਲ ਦੇ ਉੱਤੇ, ਕਿਉਂਕਿ ਪੱਖ ਪੂਰਨਾ ਹੁੰਦਾ ਵੀ ਅਸਲੀਅਤ ਕੀ ਹੈ, ਉਸ ਦੀ ਕਹਿੰਦਾ ਅਪੀਲ ਦੇ ਉੱਤੇ ਉਹਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਭਾਈਚਾਰੇ ਦੇ ਹੱਕ ਦੇ ਵਿੱਚ ਨਹੀਂ ਉਹਨਾਂ ਨੂੰ ਇਨਸਾਫ਼ ਦਿੱਤਾ ਗਿਆ, ਸੱਚਾਈ ਸਾਹਮਣੇ ਲਿਆਂਦੀ ਗਈ ਹੈ ਕਿ ਅਸੀਂ ਜਿੱਥੇ ਵੀ ਇਤਿਹਾਸਕ ਅਸਥਾਨ ਨੇ, ਚਾਹੇ ਉਹ ਹਿੰਦੂਆਂ ਦੇ ਹੋਣ, ਚਾਹੇ ਉਹ ਮੁਸਲਮਾਨਾਂ ਦੇ ਹੋਣ, ਚਾਹੇ ਸਿੱਖਾਂ ਦੇ ਹੋਣ, ਉਹਨਾਂ ਨੂੰ ਢਹਿ ਢੇਰੀ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਬੇਇੱਜ਼ਤ ਨਹੀਂ ਕੀਤਾ ਜਾ ਸਕਦਾ। ਇਸ ਲਈ ਉਸ ਫੈਸਲੇ ਦੇ ਨਾਲ ਸਿੱਖ ਹਿਰਦਿਆਂ ਨੂੰ ਰਾਹਤ ਮਿਲੀ ਹੈ ਤੇ ਉਸ ਥਾਂ ਤੇ ਉਹ ਬਾਣੀ ਗੁਰੂ ਨਾਨਕ ਦੇਵ ਜੀ ਦੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਜਿਹਦੇ ਵਿੱਚ ਸਭ ਧਰਮਾਂ ਦੇ ਲੋਕਾਂ ਦੀ ਗੱਲ ਕੀਤੀ ਗਈ ਹੈ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਗ ਜਗ ਉਪਜਿਆ ਕੌਣ ਭਲੇ ਕੁਲ। ਇੱਕ ਸਭ ਨੂੰ ਇੱਕ ਅੱਛੇ ਇਨਸਾਨੀਅਤ ਬਣ ਦਾ ਸੰਦੇਸ਼ ਦਿੱਤਾ ਹੈ, ਉਹ ਸੰਦੇਸ਼ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਉਸ ਥਾਂ ਦੇ ਉੱਤੇ ਹੁਣ ਮੁੜ ਕੀਤਾ ਜਾਏਗਾ। ਇੱਕ ਚੰਗੀ ਸ਼ੁਰੂਆਤ ਹੈ ਕਿ ਸਾਡਾ ਹਿੰਦੁਸਤਾਨ ਇੱਕ ਸਾਰੇ ਧਰਮਾਂ ਦਾ ਇੱਕ ਗੁਲਦਸਤਾ ਹੈ, ਸਾਰੇ ਧਰਮਾਂ ਦਾ ਮਾਣ ਸਤਿਕਾਰ ਇੱਥੇ ਹੋਣਾ ਚਾਹੀਦਾ ਹੈ। ਇਹ ਨਹੀਂ ਹੈ ਜੇ ਕੋਈ ਘੱਟ ਗਿਣਤੀ ਦੇ ਵਿੱਚ ਹੈ ਜਾਂ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਢਾਇਆ ਜਾਵੇ ਜਾਂ ਉਹਨਾਂ ਨੂੰ ਕਨਵਰਟ ਕਰਕੇ ਉੱਥੇ ਧੱਕਾ ਕੀਤਾ ਜਾਵੇ। ਇਹ ਹਿੰਦੁਸਤਾਨ ਦੀ ਜਿਹੜੀ ਸਭਿਅਤਾ ਜਾਂ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਹੈ ਨਹੀਂ। ਮੈਂ ਇਸ ਫੈਸਲੇ ਦੀ ਬਹੁਤ ਸ਼ਲਾਘਾ ਕਰਦਾ ਅਤੇ ਹਾਈ ਕੋਰਟ ਸਾਹਿਬ ਦੇ ਉਹਨਾਂ ਮਾਣਯੋਗ ਜੱਜਾਂ ਨੂੰ ਜਿਨ੍ਹਾਂ ਨੇ ਦੂਰ ਅੰਦੇਸ਼ ਨੂੰ ਦੇਖਦੇ ਹੋਏ ਇੱਕ ਸਹੀ ਫੈਸਲਾ ਕਰਕੇ ਲੋਕਾਂ ਦੇ ਹਿਰਦਿਆਂ ਨੂੰ ਇੱਕ ਰਾਹਤ ਪਹੁੰਚਾਈ ਹੈ। ਜੀ, ਦੇਸ਼ ਦੇ ਵਿੱਚ 2024 ਦੀਆਂ ਇਲੈਕਸ਼ਨਾਂ ਨੇ ਪਾਰਲੀਮੈਂਟ ਦੀਆਂ, ਭਾਜਪਾ ਨੂੰ ਦੂਜੀ ਟਰਮ ਹੋ ਗਈ, ਦੂਜੀ ਭਾਜਪਾ ਦੂਜੀ ਵਾਰ ਚੱਲਦੀ ਹੈ। ਇਸ ਵਾਰ ਗੱਲ ਚੱਲਦੀ ਹੈ ਕਿ ਜਿਹੜੀ ਵਿਰੋਧੀ ਧਿਰਾਂ ਨੇ ਉਹ ਇਕੱਠੀਆਂ ਹੋਣਗੀਆਂ। ਤਮਾਮ ਹੁਣ ਵੱਡੇ ਲੀਡਰ ਵੀ ਬਿਆਨ ਦੇ ਰਹੇ ਨੇ, ਨਿਤੀਸ਼ ਦਾ ਵੀ ਬਿਆਨ ਆਉਂਦਾ, ਕਦੇ ਮਲਿਕਾਰਜੁਨ ਖੜਗੇ ਕਾਂਗਰਸ ਦੇ ਪ੍ਰਧਾਨ ਨੇ, ਉਹ ਕਹਿੰਦੇ ਨੇ ਕਿ ਕਰਨਾਟਕ ਦੀ ਚੋਣਾਂ ਹੋ ਲੈਣ ਦਿਓ, ਉਸ ਤੋਂ ਬਾਅਦ ਸਾਰੀ ਪਾਰਟੀਆਂ ਨੂੰ ਇਕੱਠੇ ਕਰਾਂਗੇ। ਭੰਗੂ ਸਾਹਿਬ, ਇਸ ਸਮੇਂ ਇਕੱਠ ਦੀ ਲੋੜ ਹੈ, ਯੂਨੀਅਨ ਇਸ ਸਟਰੈਂਥ, ਏਕਤਾ ਚ ਬਲ ਹੈਗਾ। ਇਸ ਲਈ ਜਿੰਨੀਆਂ ਵਿਰੋਧੀ ਪਾਰਟੀਆਂ ਨੇ ਉਹ ਅਲੱਗ ਅਲੱਗ ਹੋਣ ਕਰਕੇ ਬਹੁਤ ਹੀ ਡਾਵਾਂ ਡੋਲ ਸਥਿਤੀ ਦੇ ਵਿੱਚ ਨੇ। ਦੇਖੋ, ਨਿਸ਼ਾਨਾ ਇੱਕ ਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਡਿਕਟੇਟਰ ਰਾਜ ਨੂੰ, ਜਾਂ ਜਿਸ ਤਰ੍ਹਾਂ ਕਿ ਹਿੰਦੁੱਤਵਾਦ ਦਾ ਨਾਰਾ ਆਮ ਲੋਕ ਲੈਂਦੇ, ਕਹਿੰਦੇ ਜੀ ਹਿੰਦੁਸਤਾਨ ਹੈ ਜਿਹੜਾ ਇਹ ਹਿੰਦੂਆਂ ਦਾ ਦੇਸ਼ ਹੈ, ਇਹ ਹੋਰਾਂ ਦਾ ਨਹੀਂ ਹੈਗਾ। ਹਾਲਾਂਕਿ ਇਹੋ ਜਿਹੀ ਗੱਲ ਕੋਈ ਹੈ ਨਹੀਂ, ਲੇਕਿਨ ਫਿਰ ਵੀ ਧਰਮ ਨਿਰਪੇਖ ਹੋਣਾ ਚਾਹੀਦਾ। ਜਿੰਨੀਆਂ ਵੀ ਵਿਰੋਧੀ ਪਾਰਟੀਆਂ ਉਹ ਮੀਟਿੰਗ ਕਰ ਰਹੀਆਂ ਨੇ, ਅਰਜਨ ਖਰੜੇ ਜੋ ਕਾਂਗਰਸ ਦੇ ਪ੍ਰਧਾਨ ਨੇ, ਜਾਂ ਮਮਤਾ ਬੈਨਰਜੀ ਨੇ, ਜਾਂ ਸਤਿਆਪਾਲ ਮਲਿਕ ਨੇ, ਜਾਂ ਹੋਰ ਜਿੰਨੀਆਂ ਵੀ ਪਾਰਟੀਆਂ ਨੇ, ਉਹ ਸਾਰੀਆਂ ਦੀ ਕੋਸ਼ਿਸ਼ ਹੈਗੀ ਹੈ ਕਿ 2024 ਦੀ ਇਲੈਕਸ਼ਨਾਂ ਦੇ ਵਿੱਚ ਜੇ ਸਰਕਾਰ ਦੇ ਵਿੱਚ ਪਰਿਵਰਤਨ ਲਿਆਉਣਾ ਤਾਂ ਇਕੱਠਾ ਹੋਣਾ ਪਊਗਾ। ਜੇ ਇਸੇ ਤਰ੍ਹਾਂ ਅਲੱਗ ਅਲੱਗ ਇਹ ਲੜਦੇ ਰਹੇ ਤਾਂ ਇਹ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਨਹੀਂ ਕਰ ਸਕਣਗੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਸਰਕਾਰ ਹੈ, ਸਰਕਾਰ ਦੇ ਕੋਲ ਸਾਰੇ ਹੱਥ ਕੱਢੇ ਹੁੰਦੇ ਨੇ, ਸਾਰੇ ਉਹ ਆਪਣੇ ਜਿੰਨੇ ਉਹਨਾਂ ਦੇ ਕੋਲ ਪਾਵਰਾਂ ਆਇਆ ਹੁੰਦੀਆਂ ਨੇ ਉਹਨਾਂ ਨੂੰ ਵਰਤ ਕੇ ਵਿਰੋਧੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਔਰ ਪਿੱਛੇ ਦਬਾਉਂਦੀਆਂ ਵੀ ਆਈਆਂ ਨੇ। ਹੁਣ ਜਿੱਦਾਂ ਰਾਹੁਲ ਗਾਂਧੀ ਦਾ ਕੇਸ ਸੀਗਾ, ਉਹਨਾਂ ਨੂੰ ਇੱਕਦਮ ਮੈਂਬਰ ਪਾਰਲੀਮੈਂਟ ਤੋਂ ਪਹਿਲਾਂ ਤਾਂ ਉਹਨੂੰ ਮੋਦੀ ਸ਼ਬਦ ਕਹਿਣ ਦੇ ਉੱਤੇ ਅਦਾਲਤ ਵੱਲੋਂ ਸਜ਼ਾ ਹੋ ਜਾਣੀ, ਸਜ਼ਾ ਹੋਣ ਤੋਂ ਬਾਅਦ ਜੋ ਸਮਾਂ ਦਿੱਤਾ ਸੀ ਕੋਰਟ ਅੱਗੇ ਅਪੀਲ ਕਰਨ ਦਾ, ਉਸ ਤੋਂ ਪਹਿਲਾਂ ਹੀ ਪਾਰਲੀਮੈਂਟ ਚੋਂ ਉਹਨਾਂ ਨੂੰ ਵਾਕ ਆਊਟ ਕੱਢ ਦੇਣਾ, ਫਿਰ ਉਹਨਾਂ ਦਾ ਬੰਗਲਾ ਖਾਲੀ ਕਰਵਾ ਲੈਣਾ, ਫਿਰ ਇਸ ਤਰ੍ਹਾਂ ਦਾ ਕਰਨਾ। ਇਸ ਲਈ ਇਹ ਇੱਕ ਧੱਕਾ ਹੈ। ਜਦ ਤੱਕ ਅਸੀਂ ਇਕੱਲੇ ਇਕੱਲੇ ਰਹਿਣਗੀਆਂ ਪਾਰਟੀਆਂ ਇਹ, ਜਦ ਤੱਕ ਇਹ ਸੱਤਾ ਦੇ ਨੇੜੇ ਵੀ ਨਹੀਂ ਪਹੁੰਚ ਸਕਦੀਆਂ। ਜੇਕਰ ਇਹ ਇਕੱਠੀਆਂ ਹੋਣਗੀਆਂ ਤਾਂ ਇਹ ਸੱਤਾ ਦੇ ਨੇੜੇ ਤੇੜੇ ਪਹੁੰਚ ਵੀ ਸਕਦੀਆਂ ਨੇ, ਤਕੜੀ ਓਪੋਜੀਸ਼ਨ ਵੀ ਬਣਾ ਸਕਦੇ ਨੇ ਅਤੇ ਸਰਕਾਰ ਵੀ ਬਣਾ ਸਕਦੀਆਂ ਨੇ। ਇਸ ਲਈ ਸਾਰੀਆਂ ਪਾਰਟੀਆਂ ਦੀ ਜਿਹੜੀ ਸੋਚ ਹੈ ਉਹ ਅੱਛੀ ਸੋਚ ਹੈ, ਜੇ ਉਹ ਆਪਣੀ ਲਾਲਸਾ ਨੂੰ ਮੁਕਾ, ਕਿਉਂਕਿ ਜਦੋਂ ਪਾਰਟੀਆਂ ਇਕੱਠੀਆਂ ਹੁੰਦੀਆਂ ਉੱਥੇ ਹਰ ਗੱਲ ਤਾਂ ਇਹ ਹੁੰਦੀ ਕਿ ਪ੍ਰਾਈਮ ਮਿਨਿਸਟਰ ਕੌਣ ਬਣੂਗਾ। ਪ੍ਰਾਈਮ ਮਿਨਿਸਟਰ ਦੇ ਜਿਹੜੇ ਕੈਂਡੀਡੇਟ ਨੇ ਹਰ ਪਾਰਟੀ ਆਪਣਾ ਆਪਣਾ ਧਿਰ ਅੱਗੇ ਹੁੰਦੀ ਹੈ। ਇਸ ਲਈ ਸਭ ਤੋਂ ਪਹਿਲਾਂ ਨਿਸ਼ਾਨਾ ਦਾ ਇੱਕਜੁੱਟਤਾ ਦਾ ਹੈ ਵੀ ਇੱਕਜੁੱਟ ਹੋ ਕੇ ਪਾਰਟੀਆਂ ਲੜ ਕੇ ਤਾਂ ਕੋਈ ਵੱਡੀ ਗੱਲ ਨਹੀਂ ਕਿ ਸੱਤਾ ਦਾ ਪਰਿਵਰਤਨ
ਕੀਤਾ ਜਾ ਸਕਦਾ ਹੁੰਦਾ ਰਿਹਾ। ਉਹ ਵੀ ਸਮਾਂ ਸੀ ਜਦੋਂ ਭਾਰਤੀ ਜਨਤਾ ਪਾਰਟੀ ਕੋਲ ਸਿਰਫ 2-3 ਸੀਟਾਂ ਹੁੰਦੀਆਂ ਸਨ, ਤੇ ਉਹ ਵੀ ਸਮਾਂ ਸੀ ਜਦੋਂ ਕਾਂਗਰਸ ਕੋਲ ਵੀ ਇੰਦਰਾ ਤੋਂ ਬਾਅਦ ਵੀ ਥੋੜੇ, ਪਰ ਕਿਤੇ ਇੰਦਰਾ ਗਾਂਧੀ ਨੇ ਵੀ ਸਰਕਾਰ ਬਣਾਈ, ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਸਰਕਾਰ ਬਣਾਈ। ਇਹ ਬਣਾਈ ਕਿਉਂਕਿ ਸਾਰੇ ਦਲਾਂ ਦਾ ਜਦੋਂ ਅਲਾਇੰਸ ਹੋ ਜਾਂਦਾ, ਇਕੱਠੇ ਹੁੰਦੇ ਨੇ, ਉਦੋਂ ਪਰਿਵਰਤਨ ਹਰ ਥਾਂ ਤੇ। ਚਾਹੇ ਤਾਂ ਤੁਸੀਂ ਇੱਕ ਛੋਟੀ ਮਿਸਾਲ ਲੈ ਲਓ, ਜੇ ਘਰ ਦੇ 4 ਜੀ ਇਕੱਠੇ ਨੇ ਤਾਂ ਪੜੋਸੀ ਨੂੰ ਵੀ ਡਰ ਹੁੰਦਾ ਹੈ, ਜੇ 4 ਬੰਡੇ ਬੰਡੇ ਨੇ ਤਾਂ ਪੜੋਸੀ ਮਰਿਆ ਤੋਂ ਮਰਿਆ ਵੀ ਪੱਟਾਂ ਦੇ ਤਾਪੀਆਂ ਮਾਰ ਕੇ ਲਗਾਰੇ ਮਾਰਦਾ। ਅੱਜ ਭਾਰਤੀ ਜਨਤਾ ਪਾਰਟੀ ਦੀ ਤੂਤੀ ਬੋਲ ਰਹੀ ਹੈ, ਸਾਰੇ ਪਾਸੇ ਮੋਦੀ 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 ਹੋ ਰਿਹਾ, ਇਸ ਲਈ ਉਹਨਾਂ ਦਾ ਮੁਕਾਬਲਾ ਕਰਨ ਲਈ ਇਹਨਾਂ ਨੂੰ ਇਕੱਠੇ ਹੋਣ ਦੀ ਇੱਕ ਸਮੇਂ ਦੀ ਲੋੜ ਹੈ। ਕੀ ਲੱਗਦਾ ਖੇਤਰੀ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਨੇ? ਕਿਉਂਕਿ ਇੱਕ ਦੌੜ ਵੀ ਤਾਂ ਹੈਗੀ ਹੈ ਸਾਰਿਆਂ ਦੇ ਵਿੱਚ, ਇੱਕ ਈਗੋ ਵੀ ਤਾਂ ਹੈਗੀ ਹੈ, ਇੱਕ ਆਪਣੇ ਆਪ ਨੂੰ ਪ੍ਰਮੁੱਖ ਦਿਖਾਉਣ ਦੀ ਕੋਸ਼ਿਸ਼ ਵੀ ਤਾਂ ਹੈਗੀ ਹੈ। ਦੇਖੋ ਭੰਗੂ ਸਾਹਿਬ, ਲਾਅ ਆਫ ਦ ਨੇਚਰ, ਕੁਦਰਤ ਦੇ ਵਿੱਚ ਤਬਦੀਲੀ ਹਰ ਗੱਲ ਦੀ ਆਉਂਦੀ ਹੈ। ਜਦੋਂ ਵੀ ਕੋਈ ਚੀਜ਼ ਹੱਦ ਨਾਲੋਂ ਵੱਧ ਆਪਣਾ ਫੈਲਾਅ ਕਰ ਜਾਂਦੀ ਹੈ, ਇਹ ਸਭ ਕੁਛ ਚਲੋ ਆਪਣੇ ਆਪ ਹੀ ਕਹਾਉਣ ਲੱਗ ਜਾਂਦੀ ਹੈ, ਉਦੋਂ ਕੁਦਰਤ ਦਾ ਕਾਨੂੰਨ ਹੈ, ਉੱਥੇ ਚੇਂਜ ਜ਼ਰੂਰ ਆਉਂਦੀ ਹੈ। ਅਗਰ ਉਹ ਚੇਂਜ ਵੀ ਇਨਸਾਨ ਹੀ ਲਿਆਉਂਦੇ ਨੇ, ਆਪਣੀ ਅੰਦਰਲੀ ਜਿਹੜੀ ਸਾਡੀ ਈਗੋ ਹੈ ਜਾਂ ਸਾਡੀ ਲਾਲਸ ਹੈ ਮੈਂ ਕਰਕੇ ਆਪਾਂ ਛੱਡੀਏ, ਅਤੇ ਇੱਕ ਪਾਰਟੀ ਨੂੰ ਜਿੱਥੇ ਬਣ, ਸਭ ਤੋਂ ਪਹਿਲਾਂ ਤਾਂ ਇਕੱਠ ਹੋਣ ਦੀ ਲੋੜ ਹੈ, ਆਪਣੇ ਅੰਦਰੋਂ ਦੂਰੀਆਂ ਦੂਰ ਕਰਨ ਦੀ ਲੋੜ ਹੈ। ਜਦ ਤੱਕ ਅਸੀਂ ਆਪਣੇ ਵਿੱਚ ਆ ਦੂਰੀਆਂ ਪਈਆਂ ਹੋਈਆਂ ਨੇ ਉਹਨਾਂ ਨੂੰ ਖਤਮ ਨਹੀਂ ਕਰਾਂਗੇ, ਇੱਕ ਪਾਰਟੀ ਨੂੰ ਮਿਕਸ ਨਹੀਂ ਕਰਾਂਗੇ, ਇਹ ਜਦ ਤੱਕ ਕੋਈ ਵੀ ਅਸੀਂ ਕੰਮ ਹੱਲ ਨਹੀਂ ਕਰ ਸਕਦੇ ਹੈਗੇ। ਅਜੇ ਸਮਾਂ ਹੈ 2024 ਦੇ ਵਿੱਚ, ਹੁਣ ਜਿਹੜੀਆਂ ਚੋਣਾਂ ਆ ਰਹੀਆਂ ਨੇ, ਹਰਿਆਣੇ 'ਚ ਵੀ ਆਉਣੀਆਂ ਨੇ, ਹੋਰ ਸਟੇਟਾਂ 'ਚ ਆਉਣੀਆਂ ਨੇ, ਹੁਣ ਆ ਜਿਮਨੀ ਚੋਣ ਆਪਣੇ ਪੰਜਾਬ ਦੇ ਵਿੱਚ ਵੀ ਆ ਰਹੀ ਹੈ, ਇਹ ਚੋਣਾਂ ਵੀ ਅਗਲੇ 2024 ਦੀ ਜਿਹੜੀ ਜਿਮਨੀ ਚੋਣਾਂ ਨੇ, ਇਹ 2024 ਦੀ ਚੋਣਾਂ ਵਾਸਤੇ ਵੀ ਇੰਡੀਕੇਸ਼ਨ ਹੈ, ਇੱਕ ਨਿਸ਼ਾਨਦੇਹੀ ਹੁੰਦੀ ਹੈ ਕਿ ਕਿਸ ਨੇ ਕੀ ਖੱਟਿਆ ਅਤੇ ਕੀ ਗਵਾਇਆ, ਉਹਦੇ ਮੁਤਾਬਕ ਹੀ ਫਿਰ ਇਹ ਆਪਣਾ ਐਨਾਲਾਈਜ਼ ਕਰਦੇ ਨੇ ਅੱਗੇ ਵੀ ਸਾਨੂੰ ਕਿੱਥੇ ਕੀ ਕਰਨ ਦੀ ਲੋੜ ਹੈ। ਹੁਣ ਜਿਵੇਂ ਆਮ ਗੱਲਾਂ ਹੀ ਚੱਲਦੀਆਂ ਨੇ, ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੀ ਸਾਂਝ ਹੋ ਜਾਣੀ ਹੈ, ਅਜੇ ਕੋਈ ਗੱਲ ਨਹੀਂ ਚੱਲੀ, ਅਜੇ ਥੋੜ੍ਹੇ ਦਿਨ ਹੋਏ ਨੇ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਇਹ ਸੰਸਾਰ ਤੋਂ ਚਲੇ ਗਏ ਨੇ, ਅਜੇ ਉਹਨਾਂ ਦਾ ਪੰਜਾਬੀ ਜਿਵੇਂ ਕਹਿੰਦੇ ਸਿਵਾ ਠੰਡਾ ਨਹੀਂ ਹੋਇਆ, ਅਤੇ ਸਿਆਸੀ ਲੋਕ ਆਪਣੀਆਂ ਰੋਟੀਆਂ ਸੇਕਣੀਆਂ ਹੁਣ ਹੀ ਸ਼ੁਰੂ ਕਰਦੇ ਨੇ, ਲਓ ਜੀ ਸੁਲਾਹ ਹੋ ਰਹੀ ਹੈ, ਲਓ ਜੀ ਗੱਲ ਹੋ ਗਈ ਹੈ, ਅੱਧੇ ਕਹਿ ਰਹੇ ਨਹੀਂ ਹੋਣੀ ਨਾ ਹੋਣੀ ਨਹੀਂ ਚਾਹੀਦੀ ਜਾਂ ਹੋਣੀ ਚਾਹੀਦੀ ਹੈ, ਇਸ ਲਈ ਇਹ ਕਿਆਸ ਕਾਈਆਂ ਸਾਰੇ ਪਾਸੇ ਚੱਲਦੀਆਂ ਨੇ, ਪਰ ਸਮਾਂ ਹਰ ਚੀਜ਼ ਦਾ ਹੱਲ ਕੱਢ ਦਿੰਦਾ ਹੈ, ਔਰ ਸਮਾਂ ਹੀ ਬਲਵਾਨ ਹੈ, ਉਹ ਸਮੇਂ ਦੇ ਮੁਤਾਬਕ ਹੀ ਹਰ ਚੀਜ਼ ਹੁੰਦੀ ਹੈ। ਜੀ ਵੈਸੇ ਲੱਗਦਾ ਕਿ ਅਲਾਈਅੰਸ ਹੋ ਸਕਦਾ? ਭੰਗੂ ਸਾਹਿਬ ਕੋਈ ਵੱਡੀ ਗੱਲ ਨਹੀਂ ਹੈਗੀ, ਹਰ ਚੀਜ਼ ਹੁੰਦੀ ਹੈ, ਸੱਤਾ ਹਾਸਲ ਕਰਨ ਦੇ ਲਈ ਕਈ ਵਾਰ ਆਪਣੇ ਦੁਸ਼ਮਣ ਦੇ ਨਾਲ ਵੀ ਦੋਸਤੀ ਲਾਉਣੀ ਪੈਂਦੀ ਹੈ ਅਤੇ ਦੋਸਤ ਤੋਂ ਵੀ ਦੂਰ ਹੋਣਾ ਪੈਂਦਾ। ਜਿੱਦਾਂ ਕਹਿੰਦੇ ਨੈਦਾਨ ਦੋਸਤ ਨਾਲੋਂ ਇੱਕ ਦੀਨਾ ਵੱਧ ਦੁਸ਼ਮਣ ਚੰਗਾ ਹੁੰਦਾ ਹੈ, ਜੇ ਦੁਸ਼ਮਣ ਨੂੰ ਮਾਰਨ ਵਾਸਤੇ ਦੁਸ਼ਮਣ ਦੇ ਨਾਲ ਵੀ ਯਾਰੀ, ਕਈ ਪਾਰਟੀਆਂ ਉਹ ਨੇ ਜਿਹਨਾਂ ਦੀ ਆਪਸ ਦੇ ਵਿੱਚ ਨਾ ਵੀ ਮਿਲਦੀ ਹੋਵੇ ਨਾ ਵੀ ਰਜਾ ਹੁੰਦੀ ਹੈ, ਲੇਕਿਨ ਜਦੋਂ ਉਹਨਾਂ ਦਾ ਨਿਸ਼ਾਨਾ ਇੱਕ ਹੁੰਦਾ ਵੀ ਇਹ ਚੀਜ਼ ਨੂੰ ਅਸੀਂ ਫਤਿਹ ਤਾਂ ਕਰਾਂਗੇ ਜੇ ਇਕੱਠੇ ਹੋਵੇ, ਹਰ ਚੀਜ਼ ਪੋਸੀਬਲ ਹੈ, ਹੋ ਸਕਦੀ। ਬਿਲਕੁਲ, ਖਾਸ ਕਰਕੇ ਜੇਕਰ ਕਿਸਾਨੀ ਅੰਦੋਲਨ ਨਾ ਹੁੰਦਾ ਫਿਰ ਤਾਂ ਸ਼ਾਇਦ ਐਨਡੀਏ ਦੇ ਵਿੱਚ ਨਾ ਹੀ ਬਾਹਰ ਆਉਂਦਾ ਅਕਾਲੀ ਦਲ। ਆਵਾਜ਼ ਨਹੀਂ ਤੁਹਾਡੀ ਆਈ। ਮੈਂ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਨਾ ਹੁੰਦਾ ਫਿਰ ਤਾਂ ਸ਼ਾਇਦ ਅਲਾਈਅੰਸ ਟੁੱਟਦਾ ਹੀ ਨਾ। ਬਿਲਕੁਲ ਭੰਗੂ ਸਾਹਿਬ ਤੁਹਾਡੀ ਗੱਲ ਬਿਲਕੁਲ, ਜੇ ਕਿਸਾਨ ਅੰਦੋਲਨ ਦੇ ਉਹ 3 ਕਾਲੇ ਕਾਨੂੰਨ ਨਾ ਬਣਦੇ ਤਾਂ ਜਿਹੜੀ ਸਾਂਝ ਪਿਛਲੀ ਅਟਲ ਬਿਹਾਰੀ ਵਾਜਪਾਈ ਤੋਂ ਲੈ ਕੇ ਮੋਦੀ ਤੱਕ ਪਹੁੰਚੀ ਹੈ ਇਹ ਕਾਇਮ ਰਹਿਣੀ ਸੀ, ਕਿਉਂਕਿ ਉਸ ਟਾਈਮ ਹਰਸਿਮਰਤ ਕੌਰ ਬਾਦਲ ਸੈਂਟਰ ਦੇ ਵਿੱਚ ਮੰਤਰੀ ਸਨ, ਉਹਨਾਂ ਨੇ ਵੀ ਉਸ ਕਾਲੇ ਕਾਨੂੰਨਾਂ ਦੇ ਜਿਹੜਾ ਬਣਾਏ ਸੀ ਕਿਸਾਨਾਂ ਵਿਰੋਧੀ ਬਿੱਲ, ਉਹਨਾਂ 'ਤੇ ਸਾਈਨ ਕੀਤੇ ਸੀਗੇ। ਉਹਨਾਂ ਸਾਈਨਾਂ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਕਾਨੂੰਨਾਂ ਦੇ ਗੁਣ ਗਾਏ ਸੀ ਕਿ ਕਿਸਾਨੀ ਦੀ ਆਮਦਨ ਵਧੇਗੀ, ਆਪ ਤਾਂ ਗਾਉਣੇ ਹੀ ਗਾਉਣੇ ਸੀ। ਉਹ 94 ਸਾਲ ਦੇ ਬਜ਼ੁਰਗ ਬਾਬਾ ਪ੍ਰਕਾਸ਼ ਸਿੰਘ ਜੀ ਬਾਦਲ ਨੇ ਵੀ ਮੀਡੀਏ ਦੇ ਸਾਹਮਣੇ ਆ ਕੇ ਉਹਨਾਂ ਗੁਣਾਂ ਨੂੰ ਗਾਇਆ ਸੀ ਕਿ ਬਹੁਤ ਵਧੀਆ ਕਾਨੂੰਨ ਬਣ ਗਏ, ਆਮਦਨ ਦੁੱਗਣੀ ਹੋ ਜਾਊਗੀ, ਲੇਕਿਨ ਜਦੋਂ ਕਿਸਾਨਾਂ ਨੇ ਇਹ ਸੋਚਿਆ ਵੀ ਸਾਡੇ ਹਿੱਤਾਂ ਦੇ ਵਾਸਤੇ ਨਹੀਂ ਗੱਲ ਕਰ ਰਹੇ, ਸਿਰਫ ਇਹ ਕੁਰਸੀ ਨੂੰ ਬਚਾਉਣ ਦੀ ਗੱਲ ਕਰ ਰਹੇ ਹੈ, ਸਦਾ ਭੋਗਣ ਦੀ ਗੱਲ ਕਰ ਰਹੇ, ਉਹਨਾਂ ਨੇ ਇਹਨਾਂ ਦੇ ਖਿਲਾਫ਼ ਵੀ ਐਜੀਟੇਸ਼ਨਾਂ ਕੀਤੀਆਂ, ਬਾਦਲ ਪਿੰਡ ਦਾ ਘੇਰਾ ਕੀਤਾ ਕੋਠੀ ਦਾ, ਉੱਥੇ ਇੱਕ ਬੰਦਾ ਸ਼ਹੀਦ ਵੀ ਹੋ ਗਿਆ, ਜਦੋਂ ਕਿ ਉਹ ਸਿਆਸੀ ਬੰਦਾ ਹਮੇਸ਼ਾ ਲੋਕਾਂ ਦੇ ਨਾਲ
ਅਕਾਲੀ ਵੱਡਾ ਹੁੰਦਾ, ਜਿਹਦੇ ਕਿ ਉਹਨੇ ਕਿਹਾ ਵੀ ਜੇ ਅਕਾਲੀ ਪਾਰਟੀ ਹੈ ਤਾਂ ਕਿਸਾਨਾਂ ਦੀ ਪਾਰਟੀ ਮੰਨੀ ਜਾਂਦੇ ਸੀ, ਲੋਕਲ ਬੰਦਿਆਂ ਦੀ ਪਾਰਟੀ ਮੰਨੇ, ਪੇਂਡੂ ਪਾਰਟੀ ਮੈਂ, ਜੇ ਪੇਂਡੂ ਲੋਕ ਇਹ ਸਾਡੇ ਨਾਲ ਸਾਡਾ ਨਾਤਾ ਤੋੜ ਦੇਣਗੇ, ਅਸੀਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਜਾਵੇ। ਇਸ ਕਰਕੇ ਇਹਨਾਂ ਨੂੰ ਉਹ ਜਿਹੜਾ ਉਹਨਾਂ ਦੀ ਸਾਂਝ ਸੀ ਉਹ ਤੋੜਨੀ ਪਈ। ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵੀ ਬਿਆਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਨਹੀਂ ਦਿੱਤਾ, ਚਾਹੇ ਸੁਖਬੀਰ ਸਿੰਘ ਬਾਦਲ ਜਾਂ ਬਾਕੀ ਪਾਰਟੀ ਦੇ ਜੋ ਮਰਜ਼ੀ ਕਹਿੰਦੇ ਰਹਿਣ, ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਜੀ ਨੇ ਇੱਕ ਵੀ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਲੀਡਰ ਦੇ ਖਿਲਾਫ ਨਹੀਂ ਬੋਲਿਆ। ਉਸ ਗੱਲ ਦੀ ਮਿਸਾਲ ਤੁਸੀਂ ਪਰਸੋਂ ਦਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਆਰਟੀਕਲ ਛਪਿਆ ਜਿਹੜਾ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀਆਂ ਉਹ ਸਿਫਤਾਂ ਕੀਤੀਆਂ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਯੁੱਗ ਇਨਸਾਨ ਸਨ, ਇੱਕ ਬਹੁਤ ਵੱਡੀ ਸੋਚ ਵਾਲੇ ਸਨ। ਮੈਂ ਉਹਨਾਂ ਤੋਂ ਬਹੁਤ ਕੁਛ ਸਿੱਖਿਆ। ਜਦੋਂ ਉਹ ਮੁੱਖ ਮੰਤਰੀ ਹੁੰਦੇ ਸੀ, ਮੈਂ ਵੀ ਮੁੱਖ ਮੰਤਰੀ ਸੀ, ਕਈ ਵਾਰ ਅਸੀਂ ਇਕੱਠੇ ਰਹਿੰਦੇ ਸੀ, ਪਰ ਉਹਨਾਂ ਨੇ ਬਹੁਤ ਸੰਘਰਸ਼ ਕੀਤਾ, ਕਈ ਵਾਰ ਨੁਕਸਾਨ ਵੀ ਉਠਾਇਆ, ਪਰ ਸਾਡੀ ਪਾਰਟੀ ਦਾ ਉਹਨਾਂ ਨੇ ਸਾਥ ਨਹੀਂ ਛੱਡਿਆ। ਉਹਨਾਂ ਦੇ ਜਾਣ ਨਾਲ ਜਿੱਥੇ ਕਹਿੰਦੇ ਅਕਾਲੀ ਦਲ ਨੂੰ ਜਾਂ ਪੰਜਾਬ ਨੂੰ ਘਾਟਾ ਤਾਂ ਪਿਆ ਹੀ ਪਿਆ ਜਾਂ ਪੈਣਾ, ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਵੀ ਉਹਨਾਂ ਦੇ ਜਾਣ ਨਾਲ ਇੱਕ ਬਹੁਤ ਵੱਡਾ ਘਾਟਾ ਪਿਆ। ਇਸ ਬਿਆਨ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵਿੱਚ ਇਹ ਕੰਨਾ ਫਾਸੀ ਕੁਸਰ ਹੋ ਰਹੀ ਹੈ ਕਿ ਹੋ ਸਕਦਾ ਕਿ ਮੁੜ ਕੇ ਜਿਹੜਾ ਤਰੇੜ ਪੈ ਗਈ ਸੀ, ਜੋ ਸਾਂਝ ਟੁੱਟ ਗਈ ਸੀ, ਉਹ ਹਟ ਕੇ ਬੈਲਡਿੰਗ ਹੋ ਕੇ ਮੁੜ ਕੇ ਜੋੜੀ ਜਾ ਸਕਦੀ ਹੈ। ਪਰ ਇਹ ਸਾਰਾ ਕੁਛ ਆ ਜਿਹੜੀ ਜ਼ਿਮਨੀ ਇਲੈਕਸ਼ਨ ਆ ਰਹੀ ਹੈ ਇਹਦੇ ਵਿੱਚ ਰਿਜ਼ਲਟ ਸਾਹਮਣੇ ਆ ਜਾਏ। ਜੀ ਬਿਲਕੁਲ ਪਤਾ ਲੱਗ ਜੂਗਾ। ਸੋ ਬਣੀ ਸਾਹਿਬ ਸ਼ੁਕਰੀਆ ਖਬਰਾਂ ਦੇ ਵਿਚਾਰ ਚਰਚਾ ਕਰਨ ਦੇ ਲਈ, ਧੰਨਵਾਦ। ਬਹੁਤ ਬਹੁਤ ਧੰਨਵਾਦ ਪੰਗੂ ਸਾਹਿਬ, ਸਰੋਤਿਆਂ ਦਾ ਬਹੁਤ ਧੰਨਵਾਦ। ਵਾਹਿਗੁਰੂ। ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਪ੍ਰੀਤਮ ਸਿੰਘ ਬਣੀ ਸਾਹਿਬ, ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਪੰਜਾਬੀ।